ਮੈਂ ਲਖਵਿੰਦਰ ਸਿੰਘ ਜੀ ਪੰਜਾਬ ਰੋਡ ਦੇ ਸਬ ਇੰਸਪੈਕਟਰ ਹਾਂ ਜੀ ਕਹਿਣਾ ਕੀ ਚਾਹਾਂਗੇ ਜੀ ਐਸੇ ਬਾਤ ਨਾ ਜੋ ਬਿਮਾਰੀ ਵਾਇਰਸ ਫੈਲਾ ਹੋਇਆ ਨਾ ਜੇ ਕਰੋਨਾ ਵਾਇਰਸ ਇਸੇ ਆਮ ਹਮਾਮ ਪੰਪ ਕੋ ਵੀ ਬਾਕੀ ਯਾਤਰੀਆਂ ਕੋ ਬਹੁਤ ਪਰੇਸ਼ਾਨੀ ਹੋ ਰਹੀ ਸਭ ਕੋ ਪਰੇਸ਼ਾਨੀ ਹੋ ਰਹੀ ਹੈ ਰੋਡਵੇ ਨੇ ਗਾੜੀਆਂ ਹਮਨੇ ਚਲਾਈ ਹੋਈ ਹੈ ਪਰ ਉਹ ਵੀ ਕੰਮ ਗਾੜੀਆਂ ਆ ਰਹੀਆਂ ਨਾ ਸਵਾਰੀਆਂ ਬਹੁਤ ਪਰੇਸ਼ਾਨ ਹੋ ਰਹੀਆਂ ਵਾ ਲੋਕਾਂ ਦੀ ਸੁਵਿਧਾ ਦੇ ਲਈ ਇੱਥੇ ਚਲਾਈਆਂ ਨੇ ਇਹ ਲੋਕਾਂ ਦੀ ਸੁਵਿਧਾ ਲਈ ਚਲਾਈਆਂ ਹੋਈਆਂ ਪਰ ਇੱਕ ਹੀ ਸਵਾਰੀ ਵਿੱਚ ਅਸੀਂ ਆਉਣ ਲਈ 20 ਜਾਂ 25 ਸਵਾਰੀਆਂ ਭੇਜ ਸਕਦੇ ਹਾਂ ਗੱਡੀਆਂ ਨੂੰ ਸੈਂਟਰ ਲਾ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਪਰ ਉਸ ਤਰ੍ਹਾਂ ਹੀ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਬਹੁਤ ਜ਼ਿਆਦਾ ਸਵਾਰੀਆਂ ਨੂੰ ਸੈਨੇਟਾਈਜ਼ ਕਰ ਰਹੇ ਹਾਂ ਅਸੀਂ ਬਸ ਜਦੋਂ ਆਉਂਦੀ ਆ ਬਾਅਦ ਜੋ ਜਾਂਦੀ ਆ ਸੈਨੇਟਾਈਜ਼ ਵੀ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਪਰ ਇਹ ਕਰੋਨਾ ਵਾਇਰਸ ਕਰਕੇ ਬਹੁਤ ਜਿਹੜੀ ਕਿ ਨੁਕਸਾਨ ਹੋ ਰਿਹਾ ਸਾਡਾ ਰੋਡਵੇ ਨੁਕਸਾਨ ਵੀ ਹੋ ਰਿਹਾ ਸਵਾਰੀਆਂ ਦਾ ਵੀ ਨੁਕਸਾਨ ਹੋ ਰਿਹਾ ਲੋਕਾਂ ਨੂੰ ਬਹੁਤ ਪਰੇਸ਼ਾਨੀ ਝੜਨੀ ਪੈ ਰਹੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਝੜਨੀ ਪੈ ਰਹੀ ਆ ਕੋਈ ਇਹਦਾ ਹੱਲ ਹੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਸਰ ਸਰ ਮੈਂ ਇਹ ਕਹਿਣਾ ਚਾਹੂੰਗਾ ਕਰੋਨਾ ਵਾਇਰਸ ਸੇ ਬਹੁਤ ਯਾਤਰੀਓ ਕੋ ਪਰੇਸ਼ਾਨੀ ਹੋ ਰਹੀ ਹੈ और इससे बहुत बड़ा एक नुकसान हो रहा है सर अपना बहुत मतलब देश का बोला जाए तो जैसा बसों की वजह से बहुत नुकसान है और बाकी यात्रियों को सबसे बड़ी समस्या है कि आने जाने में बहुत तकलीफ हो रही है बहुत यात्री बस स्टैंड पे खड़े हैं और अन्य जगहों में खड़े हैं बहुत परेशानी हो रही है सर बसों की वजह से मैं रमनप्रीत सिंह मैं सर ये कहना चाहता हूँ कि एक मेनली चलो सरकार का एक अच्छा कदम है प्रोटेक्ट करने के लिए बट इसके साथ थोड़ी सी फैसिलिटीज़ भी होनी चाहिए क्योंकि सरकार ने अभी बसें सारी बंद कर दी हैं तकरीबन मैं अभी वेट कर रहा हूँ लास्ट डेढ़ घंटे से कोई एक तकरीबन सिंगल बस भी नहीं आई अगर बंदे को एमरजेंसी है तो वो कैसे सॉल्व करेगा इसको तो इसके लिए थोड़ा सा होना चाहिए शरणजीत सिंह जी जो कोरोना वायरस है बीमारी तो गंदी है जी इससे बचना चाहिए जितना भी बचाव होता है अपना आप बचा के रखोगे तो और दूजे को भी स्वस्थ रखोगे जो परेशानी तो बहुत है जी परेशानी अद्धा घंटा होगा बस स्टैंड पर खड़े कोई बस नहीं मिल रही पटियाले जी जरूरी है जानना जरूरी है जी हम मेरी ड्यूटी उत्थे मैं जाऊँगा तो दूसरा बंदा कर जाएगा